ਕੁਝ ਇੱਕ ਸਾਖੀਆਂ ਪ੍ਰਚਲਿਤ ਹੋ ਜਾਂਦੀਆਂ, ਕੁਝ ਇਤਿਹਾਸਕ ਵੀ ਹੋ ਸਕਦੀਆਂ ਨੇ ਗੱਲਾਂ ਤੇ ਕੁਝ ਮਿਥਿਹਾਸਕ ਵੀ ਹੋ ਸਕਦੀਆਂ ਨੇ। ਪਰ ਬਹੁਤੀ ਵਾਰੀ ਕੀ ਦੇਖਣ 'ਚ ਆਇਆ ਕਿ ਕਥਾ ਨੂੰ ਰੋਚਕ ਬਣਾਉਣ ਦੇ ਲਈ ਕੁਝ ਇਹੋ ਜਿਹੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ ਜਿਹਦੇ ਨਾਲ ਸੰਗਤਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਜਾ ਸਕੇ। ਹੁਣ ਪਿਛਲੇ ਕੁਝ ਸਮੇਂ ਤੋਂ ਆਪਾਂ ਦੇਖਦੇ ਹਾਂ ਵੀ ਕੇਵਲ ਕਥਾਕਾਰ ਨਹੀਂ, ਜਿਹੜੇ ਕੀਰਤਨ ਕਰਨ ਵਾਲੇ ਨੇ, ਕਈ ਤਾਂ ਜਿਹੜੇ ਕੀਰਤਨੀ ਸਿੰਘ ਨੇ ਉਹ ਕੀਰਤਨ ਤੇ ਘੱਟ ਟਾਈਮ ਦਿੰਦੇ ਨੇ ਤੇ ਵਿਆਖਿਆ ਤੇ ਜ਼ਿਆਦਾ ਟਾਈਮ ਦਿੰਦੇ ਨੇ। ਜਦਕਿ ਕੋਈ ਹਰਜ ਨਹੀਂ ਹੈ, ਪਰ ਫਿਰ ਵੀ ਕੋਸ਼ਿਸ਼ ਹੋਣੀ ਚਾਹੀਦੀ ਹੈ ਜਿਹੜੇ ਕਥਾਕਾਰ ਨੇ ਉਧਰ ਸਪੈਸ਼ਲਾਈਜ਼ ਹੋਣ, ਜਿਹੜੇ ਕੀਰਤਨ ਵਾਲੇ ਉਧਰ ਸਪੈਸ਼ਲਾਈਜ਼ ਹੋਣ। ਹੁੰਦਾ ਕੀ ਹੈ ਕਿ ਜਿਸ ਵੇਲੇ ਇਹ ਕਾਨਰਸ ਪੈਦਾ ਕਰਨ ਲਈ ਅਸੀਂ ਸਾਖੀਆਂ ਸੁਣਾਉਂਦੇ ਹਾਂ ਤਾਂ ਕਈ ਐਸੀਆਂ ਗੱਲਾਂ ਵੀ ਆ ਜਾਂਦੀਆਂ ਨੇ ਜਿਹੜੀਆਂ ਗੁਰਮਤ ਦੇ ਨਾਲ ਮੇਲ ਨਹੀਂ ਖਾਂਦੀਆਂ ਤੇ ਸੰਗਤਾਂ ਵਿੱਚ ਭੁਲੇਖਾ ਪੈਦਾ ਕਰਦੀਆਂ। ਐਸੀ ਇੱਕ ਸਾਡੇ ਕੋਲ ਸਵਾਲ ਆਇਆ ਕਿ ਇਹ ਬੜਾ ਪ੍ਰਸਿੱਧ ਹੈ, ਆਮ ਪ੍ਰਚਲਿਤ ਹੈ ਕਿ 6ਵੇਂ ਪਾਤਸ਼ਾਹ ਜੀ ਦੇ ਕੋਲ ਆ ਕੇ ਬੀਬੀ ਸੁਲੱਖਣੀ ਨੇ ਅਰਦਾਸ ਕੀਤੀ ਕਿ ਮੇਰੇ ਘਰ ਬੱਚਾ ਕੋਈ ਨਹੀਂ ਹੈ, ਪੁੱਤਰ ਨਹੀਂ ਹੈ ਤੇ ਪੁੱਤਰ ਦੀ ਦਾਤ ਦਿਓ। ਤੋ ਜੋ ਮਤਲਬ ਪ੍ਰਚਲਿਤ ਸੁਣਾਇਆ ਜਾਂਦਾ ਹੈ ਉਹਦੇ ਮੁਤਾਬਕ ਗੁਰੂ ਸਾਹਿਬ ਨੇ ਉਹਨੂੰ ਫਿਰ ਕਾਗਜ਼ ਤੇ ਲਿਖ ਕੇ ਏਕਾ ਪਾਇਆ, ਘੋੜੇ ਦਾ ਸੁੰਭ ਹਿਲ ਗਿਆ, ਇੱਕ ਦਾ ਸੱਤ ਬਣ ਗਿਆ। ਉਹਨੇ ਕਿਹਾ ਜਾ ਤੇਰੇ ਸੱਤ ਪੁੱਤਰ ਹੋਣ। ਤੋ ਇਹਦੇ ਬਾਰੇ ਸਾਨੂੰ ਸਵਾਲ ਆਇਆ ਇੱਕ ਬੀਬੀ ਨੀਲ ਕਮਲ ਕੌਰ ਦਾ, ਬਈ ਤੁਸੀਂ ਦੱਸੋ ਵੀ ਇਹ ਗੁਰਮਤ ਅਨੁਸਾਰ ਇਹ ਗੱਲ ਠੀਕ ਹੈ ਜਾਂ ਨਹੀਂ। ਮੈਂ ਬੇਨਤੀ ਕਰ ਰਿਹਾ ਵੀਰ ਤੇਜਿੰਦਰ ਸਿੰਘ ਜੀ ਨੂੰ ਵੀ ਕਿਰਪਾ ਕਰਕੇ, ਕਿਉਂਕਿ ਇਸ ਸਾਖੀ ਬਾਰੇ ਪ੍ਰਚਲਿਤ ਵੀ ਬੜੀ ਹੈ ਤੇ ਕਨਫਿਊਜ਼ਨ ਵੀ ਹੈ, ਤੇ ਕਿਰਪਾ ਕਰਕੇ ਇਹਦੀ ਖੋਲ ਕੇ ਸਾਨੂੰ ਵਰਣਨ ਕਰੋ ਜੀ। ਵੀਰ ਤੇਜਿੰਦਰ ਸਿੰਘ ਜੀ ਅਨਮਿਊਟ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਕੀ ਜੀ ਕੀ ਫਤਿਹ। ਬੀਬੀ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਜਿਹੜੀ ਹੈ ਕੁਐਸਚਨ ਪੁੱਛਿਆ ਹੈ ਬੀਬੀ ਸੁਲੱਖਣੀ ਜੀ ਦੇ ਬਾਰੇ। ਅਸੀਂ ਵੀ ਜਦੋਂ ਬਚਪਨ ਵਿੱਚ ਗੁਰਦੁਆਰੇ ਵਿੱਚ ਸਾਖੀਆਂ ਸੁਣਦੇ ਸੀ ਤੇ ਇਸੇ ਤਰੀਕੇ ਨਾਲ ਹੀ ਸਾਨੂੰ ਵੀ ਸਾਖੀਆਂ ਸੁਣਾਈਆਂ ਜਾਂਦੀਆਂ ਸਨ। ਲੇਕਿਨ ਜਦੋਂ ਥੋੜੇ ਜਿਹੇ ਸਮਝ ਆਈ ਬਈ ਗੁਰੂ ਦਾ ਜੋ ਰੋਲ ਹੈ, ਅਕਾਲ ਪੁਰਖ ਦੇ ਨਾਲ ਜੋ ਗੁਰੂ ਦਾ ਸੰਬੰਧ ਹੈ, ਸਾਰੀਆਂ ਦਾਤਾਂ ਜਿਹੜੀਆਂ ਹਨ ਉਹ ਅਕਾਲ ਪੁਰਖ ਦੇ ਆਪਣੇ ਵੱਸ ਹਨ। ਸਭ ਨਿਦਾਨ ਦਸ ਅਸ਼ ਸਿਧਾਨ ਠਾਕੁਰ ਕਰ ਤਰ ਤਰਿਆ, ਜਾਂ ਨਾਨਕ ਬਲ ਬਲ ਸਤਬਲ ਜਾਈਏ ਫਿਰ ਅੰਤ ਨਾ ਪਾਰਾ ਵਰਿਆ। ਇੱਕ ਗੱਲ ਅਸੀਂ ਸਮਝ ਲਈਏ ਕਿ ਜੋ ਸਿੱਖੀ ਦਾ ਸਿਧਾਂਤ ਹੈ ਉਹ ਅਕਾਲ ਪੁਰਖ, ਉਸ ਤੋਂ ਬਾਅਦ ਗੁਰੂ ਸਤਿਗੁਰੂ, ਉਸ ਤੋਂ ਬਾਅਦ ਸਾਧ ਸੰਗਤ, ਔਰ ਫਿਰ ਸਿੱਖ ਹੈ। ਤੋ ਇਸ ਸੀਕੁਐਂਸ ਦੇ ਵਿੱਚ ਸਿੱਖ ਨੇ ਜੋ ਵੀ ਪ੍ਰਾਪਤ ਕਰਨਾ ਹੈ ਸਤਸੰਗਤ ਦੇ ਵਿੱਚ ਜੁੜ ਕਰਕੇ ਅਕਾਲ ਪੁਰਖ ਨੂੰ ਅਰਦਾਸ ਕਰਨੀ ਹੈ ਕਿ ਸਾਨੂੰ ਗੁਰੂ ਮਿਲਾਓ। ਫਿਰ ਅਕਾਲ ਪੁਰਖ ਤਰੁੱਠਦਾ ਹੈ ਤੇ ਗੁਰੂ ਨੂੰ ਮਿਲਾ ਦਿੰਦਾ ਹੈ। ਫਿਰ ਗੁਰੂ ਸਿੱਖ ਦੇ ਜਿਹੜੇ ਕਰਮ ਹਨ, ਜਿਸ ਤਰ੍ਹਾਂ ਉਹ ਨਾਮ ਜਪਦਾ ਹੈ, ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਉਸ ਨਾਲ ਤਰੁੱਠ ਕੇ ਉਹ ਅਕਾਲ ਪੁਰਖ ਨੂੰ ਮਨਾਉਂਦਾ ਹੈ। ਤੋ ਇੱਥੋਂ ਗੱਲ ਸਾਨੂੰ ਸਪਸ਼ਟ ਹੋ ਗਈ ਕਿ ਸਿੱਖ ਦਾ ਸੰਬੰਧ ਜਿਹੜਾ ਹੈ ਅਕਾਲ ਪੁਰਖ ਨਾਲ ਸਤਿਗੁਰ ਦੇ ਥਰੂ ਹੈ। ਤੇ ਸਤਿਗੁਰ ਜਿਹੜਾ ਹੈ ਉਹ, ਕਿਉਂਕਿ ਅਕਾਲ ਪੁਰਖ ਦਾ ਸਰੂਪ ਹੀ ਹੈ ਇਸ ਮਾਤਲੋਕ ਦੇ ਵਿੱਚ, ਤੇ ਜੋ ਵੀ ਸਿੱਖ ਨੇ ਮੰਗਣਾ ਹੈ ਉਹ ਸਤਿਗੁਰ ਤੋਂ ਮੰਗਣਾ ਹੈ। ਸਤਿਗੁਰ ਦਾਤਾ ਦਿਆਲ ਹੈ, ਜਿਸ ਨੂੰ ਦਇਆ ਸਦਾ ਹੋਏ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖ ਕੇ ਬ੍ਰਹਮ ਇੱਕ ਸੋਏ। ਗੌੜੀ ਕੀ ਵਾਰ ਮਤਲਬ ਪਹਿਲਾ ਅੰਕ 302 ਦੇ ਉੱਪਰ ਸਤਿਗੁਰ ਜੀ ਨੇ ਸਾਨੂੰ ਇਹ ਸਮਝਾਇਆ ਹੈ ਚੌਥੇ ਪਾਤਸ਼ਾਹ ਨੇ। ਫਿਰ ਅੱਗੋਂ ਸਾਨੂੰ ਸਮਝਾਉਂਦੇ ਨੇ ਕਿ ਸਤਿਗੁਰ ਨੂੰ ਜਿਹਾ ਕੋ ਇੱਛਦਾ ਤਿਹਾ ਫਲ ਭਾਵ ਹੈ ਪਾਏ ਕੋਏ, ਕਿ ਜਿਸ ਤਰ੍ਹਾਂ ਦਾ ਵੀ ਸਤਿਗੁਰੂ ਜਿਸ ਭਾਵਨਾ ਦੇ ਨਾਲ ਕੋਈ ਜੀਵ ਸਤਿਗੁਰ ਪਾਸ ਜਾਂਦਾ ਹੈ ਉਸਨੂੰ ਉਹੋ ਜਿਹਾ ਫਲ ਮਿਲ ਜਾਂਦਾ ਹੈ। ਜ਼ਹਿਰਦਾਰੀ ਸਫਲ ਨਹੀਂ ਹੋ ਸਕਦੀ, ਭਾਵ ਹੋਰ ਕੋਈ ਤਰੀਕਾ ਜਿਹੜਾ ਹੈ ਧੱਕੇ ਨਾਲ ਕੋਈ ਚੀਜ਼ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਗੁਰੂ ਕੋਲੋਂ, ਸਿਰਫ ਅਰਦਾਸ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਨਾਨਕ ਕਰਤਾ ਸਭ ਕੁਝ ਜਾਣਦਾ, ਜਦੋਂ ਕਿਛ ਕਿਛੋ ਗੁੱਝਾ ਨਾ ਹੋਏ, ਕਿ ਅਕਾਲ ਪੁਰਖ ਸਭ ਕੁਝ ਜਾਣਦਾ ਹੈ, ਉਸ ਤੋਂ ਕੁਛ ਗੁੱਝਾ ਨਹੀਂ ਰਿਹਾ ਜਾ ਸਕਦਾ। ਫਿਰ ਸਤਿਗੁਰੂ ਜੀ ਸਾਨੂੰ ਦੱਸਦੇ ਨੇ ਕਿ ਗੁਰਦਾਤਾ ਗੁਰ ਹਿਰਦੈ ਘਰ ਗੁਰ ਦੀਪਕ ਤਹਿ ਲੋਏ, ਕਿ ਗੁਰੂ ਸਤਨਾਮ ਨਾਮ ਦੀ ਦਾਤ ਦੇਣ ਵਾਲਾ ਸਤਿਗੁਰੂ ਹੈ। ਗੁਰੂ ਠੰਡ ਦਾ ਸੋਮਾ ਹੈ, ਗੁਰੂ ਹੀ ਤ੍ਰਿਲੋਕੀ ਵੀ ਚਾਨਣ ਕਰਨ ਵਾਲਾ ਹੈ। ਅੰਮ੍ਰਿਤ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ ਹੈ ਨਾਨਕ, ਕਦੇ ਨਾ ਮੁੱਕਣ ਵਾਲਾ ਨਾਮ ਰੂਪ ਪਦਾਰਥ ਗੁਰੂ ਤੋਂ ਹੀ ਮਿਲਦਾ ਹੈ। ਜਿਸ ਦਾ ਮਨ ਗੁਰੂ ਵਿੱਚ ਪਤੀਤ ਜਾਏ ਉਸ ਨੂੰ ਸੁੱਖ ਹੋ ਜਾਂਦਾ ਹੈ। ਤੋ ਅਕਾਲ ਪੁਰਖ ਸਤਿਗੁਰੂ ਨੂੰ ਜੋ ਬਖਸ਼ਿਸ਼ਾਂ ਕੀਤੀਆਂ ਨੇ ਅਕਾਲ ਪੁਰਖ ਨੇ,
ਜਲ ਤੇ ਥਲ ਕਰ ਥਲ ਤੇ ਕੂਆਂ ਕੂਪ ਤੇ ਮੇਰ ਕਰਾਵੇ ਆਪ ਜਿੱਥੇ ਕਿਸੇ ਚੀਜ਼ ਦੀ ਅਣਹੋਂਦ ਹੁੰਦੀ ਹੈ ਉੱਥੇ ਸਤਿਗੁਰੂ ਜਿਹੜੀ ਹੈ ਕਿਰਪਾ ਕਰਕੇ ਉੱਥੇ ਉਸ ਚੀਜ਼ ਕਰ ਸਕਦਾ ਹੈ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਿਤ ਕਰਵੋ ਪੰਡਿਤ ਤੇ ਮੁਗਦਾਰੀ ਤੋ ਇਹ ਸਾਨੂੰ ਸਮਝ ਆਉਂਦੀ ਹੈ ਕਿ ਸਤਿਗੁਰ ਅਗਰ ਦਿਆਲ ਹੋ ਜਾਂਦਾ ਹੈ ਤਾਂ ਸਤਿਗੁਰ ਹੋਏ ਦਿਆਲ ਪੌੜੀ ਮਾਂਝ ਕੀ ਵਾਰ ਗੁਰੂ ਨਾਨਕ ਪਾਤਸ਼ਾਹ ਦੀ 149 ਅੰਕ ਦੇ ਉੱਤੇ ਹੈ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਭੂ ਝੂਰੀਏ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਤੋ ਇਸ ਸਾਰੇ ਸ਼ਬਦ ਦੇ ਵਿੱਚ ਵੀ ਸਤਿਗੁਰ ਪਹੁਰਾਉਂਦੇ ਸਤਿਗੁਰ ਹੋਏ ਦਿਆਲ ਤਾਂ ਨਵਨੀਤ ਪਾਈਏ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਏ ਸੋ ਸਾਨੂੰ ਗੁਰਬਾਣੀ ਅਗਵਾਈ ਦਿੰਦੀ ਹੈ ਕਿ ਸਤਿਗੁਰ ਸਮਰੱਥ ਹੈ ਉਹ ਅਕਾਲ ਪੁਰਖ ਤੋਂ ਕੋਈ ਵੀ ਚੀਜ਼ ਜਿਹੜੀ ਹੈ ਉਹ ਪ੍ਰਾਪਤ ਕਰਕੇ ਗੁਰਸਿੱਖ ਨੂੰ ਅੱਗੋਂ ਬਖਸ਼ਿਸ਼ ਕਰ ਸਕਦਾ ਹੈ ਤੋ ਆਹ ਹੁਣ ਅਸੀਂ ਜਿੱਥੇ ਸਤਿਗੁਰ ਦੀ ਅਸੀਂ ਰੋਲ ਦੇਖਿਆ ਕਿ ਸਤਿਗੁਰ ਦਾ ਕੀ ਰੋਲ ਹੈ ਹੁਣ ਉਸ ਸਾਖੀ ਵੱਲ ਵਰਤੀਏ ਜਿਸ ਸਾਖੀ ਦਾ ਜ਼ਿਕਰ ਜਿਹੜਾ ਹੈ ਆਪ ਜੀ ਨੇ ਪੁੱਛਿਆ ਹੈ ਮਾਈ ਸੁਨੱਖਣੀ ਜੀ ਦਾ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਹੈ ਅਸੀਂ ਕਾਫ਼ੀ ਕੋਸ਼ਿਸ਼ ਕੀਤੀ ਹੈ ਕਿਤਾਬਾਂ ਨੂੰ ਘੋਖਣ ਦੀ ਲੱਭਣ ਦੀ ਵੀ ਇਹਦਾ ਕੋਈ ਬੈਕਗਰਾਊਂਡ ਨਿਕਲ ਜਾਵੇ ਅਤੇ ਇੱਕ ਲਿੰਕ ਸਾਨੂੰ ਮਿਲਿਆ ਹੈ ਕਿ ਕਿਤਾਬ ਡਾਕਟਰ ਜੋਤ ਸਿੰਘ ਜੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਛਪੀ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਂ ਦੇ ਉੱਪਰ ਉਸ ਦੇ ਵਿੱਚ ਇਸ ਦਾ ਜ਼ਿਕਰ ਹੁੰਦਾ ਹੈ ਕਿ ਜਿਸ ਵੇਲੇ ਬਾਬਾ ਗੁਰਦਿੱਤਾ ਜੀ ਜੋ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਭ ਤੋਂ ਵੱਡੇ ਪੁੱਤਰ ਸਨ ਉਹਨਾਂ ਦੇ ਘਰ ਜਦੋਂ ਧੀਰਮਲ ਦਾ ਬੱਚੇ ਦਾ ਜਨਮ ਹੋਇਆ ਤਾਂ ਉਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅੰਮ੍ਰਿਤਸਰ ਦੇ ਲਾਗੇ ਸਨ ਤਾਂ ਉਹਨਾਂ ਨੇ ਉਹਨਾਂ ਨੂੰ ਬਾਬਾ ਗੁਰਦਿੱਤਾ ਜੀ ਨੂੰ ਔਰ ਉਹਨਾਂ ਦੀ ਧਰਮ ਪਤਨੀ ਨੂੰ ਬੁਲਾਇਆ ਕਿ ਤੁਸੀਂ ਮੈਨੂੰ ਆ ਕਰਕੇ ਅੰਮ੍ਰਿਤਸਰ ਸਾਹਿਬ ਮਿਲੋ ਉੱਥੇ ਉਹ ਮਿਲਦੇ ਹਨ ਅਤੇ ਉੱਥੇ ਮਿਲਣ ਤੋਂ ਬਾਅਦ ਉਹਨਾਂ ਨੂੰ ਉਹ ਚੋਲਾ ਪਵਾਇਆ ਜਾਂਦਾ ਅਤੇ ਨਾਮਕਰਨ ਜਿਹੜਾ ਹੈ ਧੀਰਮਲ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਉਸਦਾ ਉੱਥੇ ਰੱਖਦੇ ਹਨ ਤੋ ਉਹ ਜਿਹੜਾ ਸਮਾਂ ਹੈ ਜਦੋਂ ਧੀਰਮਲ ਦਾ ਜਨਮ ਹੋਇਆ ਉਹ 16 ਜਨਵਰੀ 1600 ਜਿਹੜੀ ਹੈ 27 ਦਾ ਜਿਹੜਾ ਅੰਗ ਜਿਹੜਾ ਸਾਨੂੰ ਸਾਲ ਸੰਨ ਮਿਲਦਾ ਹੈ ਉਦੋਂ ਹੋਇਆ ਤੋ ਇਸ ਤੋਂ ਭਾਵ ਇਹ ਹੈ ਕਿ ਉੱਥੋਂ 10 ਜਨਵਰੀ 1627 ਨੂੰ ਧੀਰਮਲ ਦਾ ਜਨਮ ਹੋਇਆ ਹੈ ਅਤੇ ਉੱਥੇ ਉਹਨਾਂ ਨੇ ਧੀਰਮਲ ਜਿਹੜੇ ਗੁਰਦਿੱਤਾ ਜੀ ਔਰ ਨਾਲ ਧੀਰਮਲ ਨੂੰ ਲਿਆ ਕਰਕੇ ਆਏ ਗੁਰੂ ਸਾਹਿਬ ਨੇ ਉਹਦਾ ਨਾਮਕਰਨ ਕੀਤਾ ਅਤੇ ਉਹਨੂੰ ਚੋਲਾ ਪਵਾਇਆ ਤੋ ਇਹਦਾ ਮਤਲਬ ਉਸ ਸੰਨ ਦੇ ਵਿੱਚ ਗੁਰੂ ਸਾਹਿਬ ਜਿਹੜੇ ਹਨ ਅੰਮ੍ਰਿਤਸਰ ਦੇ ਲਾਗੇ ਸਨ ਤੋ ਜੋ ਚੱਬਾ ਪਿੰਡ ਹੈ ਉਹ ਅੰਮ੍ਰਿਤਸਰ ਤੋਂ ਤਰਨ ਤਾਰਨ ਵਾਲੀ ਰੋਡ ਦੇ ਉੱਤੇ ਤਕਰੀਬਨ 10-15 ਕਿਲੋਮੀਟਰ ਦਾ ਜਿਹੜਾ ਹੈ ਉਹ ਸਫ਼ਰ ਬਣਦਾ ਹੈ ਅਤੇ ਉੱਥੇ ਜਿਹੜੇ ਹਨ ਉਹ ਪਹੁੰਚਦੇ ਹਨ ਗੁਰੂ ਸਾਹਿਬ ਉੱਥੋਂ ਉਸ ਪਾਸੇ ਵੱਲ ਪ੍ਰਚਾਰ ਕਰਦੇ ਹੋਏ ਜਾਂਦੇ ਹਨ ਅਤੇ ਜਦੋਂ ਉਸ ਚੱਬੇ ਪਿੰਡ 'ਤੇ ਪਹੁੰਚਦੇ ਹਨ ਅਤੇ ਉੱਥੇ ਜੋ ਸਚਿੱਤਰ ਜੀਵਨ ਸਾਖੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਹਨ ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਇੱਕ ਦਿਨ ਇੱਕ ਪਿੰਡ ਵੱਲ ਜਦੋਂ ਗਏ ਸੰਨ ਦਾ ਮੈਂ ਜ਼ਿਕਰ ਕਰ ਦਿੱਤਾ ਹੈ ਉਸ ਸੰਨ ਦੇ ਵਿੱਚ ਜਿਸ ਮਾਈ ਜਿਸਦਾ ਨਾਂ ਸੁਲੱਖਣੀ ਸੀ ਗੁਰੂ ਜੀ ਨੂੰ ਘੇਰ ਖਲੋਤੀ ਅਤੇ ਮਾਤਾ ਸੁਲੱਖਣੀ ਚੰਬੇ ਪਿੰਡ ਦੀ ਇੱਕ ਜੱਟੀ ਸੀਗੀ ਅਤੇ ਉਹ ਅੱਛੇ ਘਰਾਣੇ ਨਾਲ ਸੰਬੰਧ ਰੱਖਦੀ ਸੀ ਪਰ ਉਸਦੀ ਕੋਈ ਔਲਾਦ ਨਹੀਂ ਸੀ ਅਤੇ ਉਸਨੇ ਆ ਕਰਕੇ ਗੁਰੂ ਸਾਹਿਬ ਨੂੰ ਜਿਹੜੀ ਬੇਨਤੀ ਕੀਤੀ ਇਸ ਤੋਂ ਪਹਿਲਾਂ ਉਹ ਗੁਰੂ ਸਾਹਿਬ ਨੂੰ ਮਿਲਦੀ ਉਹ ਕਈ ਜਗ੍ਹਾ ਦੇ ਉੱਪਰ ਕਈ ਪੀਰਾਂ ਫਕੀਰਾਂ ਦੇ ਕੋਲ ਜਾ ਕਰਕੇ ਅਰਜੋਈ ਕਰਦੀ ਰਹੀ ਲੇਕਿਨ ਉਹਨੂੰ ਉਹਦੀ ਝੋਲੀ ਕਿਤੋਂ ਨਹੀਂ ਭਰੀ ਉਹਨੂੰ ਦਾਤ ਕਿਤੋਂ ਨਹੀਂ ਮਿਲੀ ਅਤੇ ਗੁਰੂ ਜੀ ਜਦੋਂ ਸ਼ਿਕਾਰ ਖੇਡਦੇ ਹੋਏ ਉਸ ਪਾਸੇ ਵੱਲ ਲੰਘੇ ਤਾਂ ਉਹਨਾਂ ਨੇ ਇੱਕ ਇਸਤਰੀ ਨੂੰ ਹੇਠ ਲਿਖੇ ਭਾਵ ਅਰਥ ਦਾ ਪੇਂਡੂ ਗੀਤ ਗਾਉਂਦਿਆਂ ਸੁਣਿਆ ਉਹ ਕਾਲੇ ਕੇਸਾਂ ਅਤੇ ਚਿੱਟੀ ਪੱਗ ਵਾਲੇ ਮੇਰਾ ਨਾਂ ਸੁਲੱਖਣੀ ਹੈ ਅਤੇ ਮੈਂ ਚੱਬੇ ਪਿੰਡ ਵਿੱਚ ਰਹਿੰਦੀ ਹਾਂ ਹੇ ਸੱਚੇ ਗੁਰੂ ਮੇਰੀ ਅਰਦਾਸ ਹੈ ਮੈਂ ਨਿਰਸੰਤਾਨ ਹਾਂ ਮੈਨੂੰ ਸੰਤਾਨ ਬਖਸ਼ ਤੋ ਅੱਗੋਂ ਜੋ ਹੈ ਇਸ ਪਿੰਡ ਦੇ ਵਿੱਚ ਅੰਮ੍ਰਿਤਸਰ ਤੋਂ ਤਰਨ ਤਾਰਨ ਵਾਲੀ ਰੋਡ ਜਿਹੜੀ ਮੈਂ ਦੱਸੀ ਹੈ ਉੱਥੇ ਸੰਗਰਾਣਾ ਸਾਹਿਬ ਗੁਰਦੁਆਰਾ ਵੀ ਹੈ ਜਿੱਥੇ ਗੁਰੂ ਜੀ ਨੇ ਸ਼ਾਹੀ ਫੌਜਾਂ ਨਾਲ ਲੜਾਈ ਦੇ ਸਮੇਂ ਮਰ ਇਹ ਸ਼ਹੀਦ ਹੋਏ ਜਿਹੜੇ ਬਹਾਦਰ ਸਿੰਘ ਸਨ ਉਹਨਾਂ ਦੀ ਯਾਦ ਵਿੱਚ ਇੱਕ ਸਥਾਨ ਵੀ ਬਣਾਇਆ ਸੀ ਤੋ ਇਹ ਇਸਤਰੀ ਇੱਕ ਜ਼ਿਮੀਦਾਰ ਦੀ ਪਤਨੀ ਸੀ ਇਹ ਗੁਰੂ ਜੀ ਕੋਲ ਇੱਛਾ ਨਾਲ ਆਈ ਅਤੇ ਗੁਰੂ ਜੀ ਨੇ ਉਸ ਉੱਤੇ ਇੱਕ ਪੁੱਤਰ ਦੀ ਕਿਰਪਾ ਜਿਹੜੀ ਕੀਤੀ ਤੋ ਗੁਰੂ ਜੀ ਨੇ ਉਸ ਲਈ ਅਰਦਾਸ ਕੀਤੀ ਅਤੇ ਬਾਅਦ ਵਿੱਚ ਉਸਨੂੰ 7 ਜਿਹੜੇ ਪੁੱਤਰ ਪ੍ਰਾਪਤ ਹੋਏ
ਤਾਂ ਉਹਨਾਂ ਦੇ ਵਿੱਚੋਂ ਭਾਈ ਰੂਪਾ ਜਿਹੜਾ ਹੈ ਉਹ ਸਿੱਖ ਇਤਿਹਾਸ ਦੇ ਵਿੱਚ ਕਾਫ਼ੀ ਮਸ਼ਹੂਰ ਹੋਏ ਹਨ। ਇਹ ਮਾਈ ਸੁਲੱਖਣੀ ਦੀ ਜਿਹੜੀ ਹੈ ਸੰਤਾਨ ਦੇ ਵਿੱਚੋਂ ਹੋਏ ਹਨ। ਤੋ ਅਸੀਂ ਇਸ ਸਾਖੀ ਦੇ ਵਿੱਚੋਂ ਇਹੀ ਗੱਲ ਲੱਭੀ ਹੈ ਕਿ ਇਹ ਜੋ ਜਿਵੇਂ ਵੀਰ ਰਾਜਾ ਸਿੰਘ ਜੀ ਨੇ ਕਿਹਾ ਹੈ ਕਿ ਉਹ ਬੜੇ ਰੋਚਕ ਕਥਾਕਾਰ ਰੋਚਕ ਬਣਾਉਣ ਵਾਸਤੇ ਉਹ ਕਈ ਚੀਜ਼ਾਂ ਐਡ ਕਰਦੇ ਨੇ ਮਸਾਲਾ, ਤੇ ਉਹਨਾਂ ਨੇ ਉਹਦੇ ਕੋਲੋਂ ਲਿਆ ਕਰਕੇ ਸ਼ਾਇਦ ਦੀ ਦੁਆਤ ਵੀ ਬੀਬੀ ਘਰੋਂ ਲੈ ਕੇ ਆਈ ਤੇ ਉਹ ਕਾਗਜ਼ ਵੀ ਲਿਆ ਤੇ ਗੁਰੂ ਸਾਹਿਬ ਲਿਖਣ ਲੱਗੇ ਤੇ ਘੋੜਾ ਜ਼ਿਆਦਾ ਸਿਆਣਾ ਨਿਕਲਿਆ ਤੇ 1-7 ਬਣ ਗਿਆ। ਤੋ ਇਹ ਸਭ ਰੋਚਕ ਚੀਜ਼ਾਂ ਨੇ, ਇਹਦਾ ਕੋਈ ਇਤਿਹਾਸ ਇਤਿਹਾਸਿਕ ਤੱਥ ਨਹੀਂ ਹੈ, ਨਾ ਹੀ ਇਹ ਗੁਰੂ ਦੀ ਬਖਸ਼ਿਸ਼ ਦੇ ਨਾਲ ਮੇਲ ਖਾਂਦਾ ਹੈ। ਤੋ ਅਸੀਂ ਇਸ ਸਾਖੀ ਤੋਂ ਇਹ ਸਿੱਖ ਸਕਦੇ ਹਾਂ ਕਿ ਗੁਰੂ ਨੇ ਬਖਸ਼ਿਸ਼ ਕੀਤੀ ਉਸ ਮਾਤਾ ਦੇ ਉੱਤੇ ਤੇ ਮਾਤਾ ਦੇ ਘਰ ਜਿਹੜੇ ਹਨ ਉਸ ਜਿਹੜੀ ਦਾਤ ਮਿਲੀ ਉਹਨਾਂ ਨੂੰ ਪੁੱਤਰਾਂ ਦੀ, ਤੇ ਇੰਨੀ ਸਾਖੀ ਜਿਹੜੀ ਹੈ ਔਰ ਉਸਦੇ ਅੱਗੋਂ ਪਰਿਵਾਰ ਵੀ ਜਿਹੜਾ ਚੱਲਦਾ ਰਿਹਾ। ਅਸੀਂ ਇੰਨੀ ਕੁ ਸਾਖੀ ਨੂੰ ਅਗਰ ਸਮਝ ਆਈਏ ਤੇ ਸਾਨੂੰ ਸਤਿਗੁਰ ਦੀ ਜਿਹੜੀ ਮਹਿਮਾ ਹੈ, ਸਤਿਗੁਰ ਦੀ ਬਖਸ਼ਿਸ਼ ਜਿਹੜੀ ਹੈ ਉਹ ਸਾਨੂੰ ਜਿਹੜੀ ਹੈ ਸਮਝ ਆ ਸਕਦੀ ਹੈ। ਔਰ ਹਰ ਸਿੱਖ ਨੂੰ ਆਪਣੇ ਗੁਰੂ ਦੇ ਅੱਗੇ ਆਪਣੀ ਜੋ ਵੀ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਗੁਰੂ ਦੇ ਅੱਗੇ ਅਰਦਾਸ ਕਰੋ ਤੇ ਗੁਰੂ ਸਮਰੱਥ ਹੈ ਉਹ ਜ਼ਰੂਰ ਆਸਾਂ ਜਿਹੜੀਆਂ ਉਹ ਪੂਰੀਆਂ ਕਰ ਸਕਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸਿੰਘ, ਜਿਹੜਾ ਇਤਿਹਾਸ ਸੁਣਾਉਣਾ ਹੈ ਨਾ, ਇਹ ਸਭ ਤੋਂ ਔਖਾ ਵਿਸ਼ਾ ਹੈ। ਉਹਦਾ ਕਾਰਨ ਹੈ ਕਿ ਇਤਿਹਾਸ ਕਈਆਂ ਨੇ ਲਿਖਿਆ ਹੁੰਦਾ ਤੇ ਉਹਨਾਂ ਦੀ ਆਪਸ 'ਚ ਕਾਫੀ ਡਿਫਰੈਂਸ ਹੁੰਦੇ ਨੇ, ਆਪਸ ਡਿਫਰੈਂਸ ਆਫ ਓਪੀਨੀਅਨ ਵੀ ਹੁੰਦਾ। ਪਰ ਜਿਹਨੇ ਇਤਿਹਾਸ ਨੂੰ ਐਕਸਪਲੇਨ ਕਰਨਾ, ਜਿਵੇਂ ਵੀਰ ਜੀ ਹੁਣੇ ਕੀਤਾ, ਉਹਨਾਂ ਨੂੰ ਇਸ ਕਰਕੇ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇੱਕ ਤੇ ਸੱਚਾਈ ਤੱਕ ਡੂੰਘਾਈ ਤੱਕ ਜਾਣਾ ਹੈ, ਦੂਸਰਾ ਇਹ ਹੈ ਕਿ ਨਾਲ ਇਹ ਵੀ ਖਿਆਲ ਰੱਖਣਾ ਕਿ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਜਾਂ ਸਾਨੂੰ ਲੱਭ ਰਹੀ ਹੈ, ਆਇਆ ਉਹ ਗੁਰ ਆਸ਼ੇ ਅਨੁਸਾਰ ਵੀ ਹੈ ਕਿ ਨਹੀਂ, ਗੁਰਬਾਣੀ ਅਨੁਸਾਰ ਵੀ ਹੈ ਕਿ ਨਹੀਂ। ਤੋ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਜਿਸ ਵੇਲੇ ਇਤਿਹਾਸਿਕ ਸਵਾਲਾਂ ਦਾ ਉੱਤਰ ਦੇਣਾ ਹੁੰਦਾ ਤਾਂ ਉਹਦੇ ਲਈ ਉੱਤਰ ਦੇਣ ਵਾਲੇ ਨੂੰ ਮਿਹਨਤ ਕਰਨੀ ਪੈਂਦੀ ਹੈ। ਵੀਰ ਤਜਿੰਦਰ ਸਿੰਘ ਜੀ ਦਾ ਧੰਨਵਾਦ ਹੈ, ਉਹਨਾਂ ਨੇ ਬੜੀ ਮਿਹਨਤ ਨਾਲ ਸਾਨੂੰ ਤਰੀਕ ਔਰ ਸੰਨ ਔਰ ਇਲਾਕਾ ਜਿਹੜਾ ਚੱਬਾ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਲਾਗੇ ਹੈ, ਤੋ ਮਤਲਬ ਪੂਰੀ ਵਿਸਾਰ ਉਹਨਾਂ ਨੇ ਲਿਆ ਕੇ ਸਾਡੇ ਸਾਹਮਣੇ ਦੱਸੀ ਹੈ। ਸਾਧ ਸਿੰਘ, ਮੈਂ ਬੇਨਤੀ ਕਰਦੇ ਹਾਂ ਕਿ ਠੀਕ ਹੈ, ਅਸੀਂ ਦੁਨਿਆਵੀ ਲੋਕ ਹਾਂ, ਗ੍ਰਸਤੀ ਲੋਕ ਹਾਂ, ਸਾਡੀਆਂ ਮਨ 'ਚ ਮੰਗਾਂ ਆਉਂਦੀਆਂ ਕਿ ਅਸੀਂ ਗੁਰੂ ਕੋਲੋਂ ਹੀ ਮੰਗਣੀਆਂ ਨੇ, ਪਰ ਜਿਹੜੀ ਸਭ ਤੋਂ ਵੱਡੀ ਬਖਸ਼ਿਸ਼ ਗੁਰੂ ਕਰਦਾ ਨਾ, ਉਹ ਸਤਿਗੁਰ ਸਿੱਖ ਕੇ ਬੰਧਨ ਕੱਟ, ਗੁਰ ਕਾ ਸਿੱਖ ਵਿਕਾਰ ਤੇ ਹਟ। ਤੋ ਸਭ ਤੋਂ ਵੱਡੀ ਬਖਸ਼ਿਸ਼ ਤਾਂ ਇਹ ਹੈ ਕਿ ਸਾਡੇ ਸਤਿਗੁਰੂ ਸਾਨੂੰ ਵਿਕਾਰਾਂ ਤੋਂ, ਜਿਹੜੀ ਵਿਕਾਰਾਂ ਦੀ ਖਾਈ 'ਚ ਅਸੀਂ ਸਾਰੀ ਉਮਰ ਭਟਕਦੇ ਰਹਿੰਦੇ ਹਾਂ, ਉਹ 'ਚੋਂ ਸਾਨੂੰ ਕੱਢ ਲੈਣ, ਸਭ ਤੋਂ ਵੱਡੀ ਬਖਸ਼ਿਸ਼ ਇਹ। ਦੂਜੀ ਗੱਲ ਇਹ ਹੈ, ਠੀਕ ਹੈ ਆਪਾਂ ਗੁਰੂ ਕੋਲ ਅਰਦਾਸ ਕਰਨੀ ਹੈ, ਕੋਈ ਵੀ ਮਨ 'ਚ ਇੱਛਾ ਆਏ ਕਿੱਥੇ ਜਾਈਏ, ਅਸੀਂ ਗੁਰੂ ਕੋਲ ਜਾਣਾ, ਜੀ ਕੀ ਬਿਰਥਾ ਹੋਏ ਗੁਰਪੈ ਅਰਦਾਸ ਕਰ। ਪਰ ਐਟ ਦੀ ਸੇਮ ਟਾਈਮ ਸਾਧ ਸੰਗਤ, ਮੈਂ ਬੇਨਤੀ ਕਰਦੇ ਹਾਂ ਕਿ ਸਾਨੂੰ ਵਾਹਿਗੁਰੂ ਜੀ 'ਤੇ ਇੰਨਾ ਇਤਬਾਰ ਹੋਣਾ ਚਾਹੀਦਾ ਹੈ ਕਿ ਉਹਨਾਂ ਨੇ ਜੋ ਕੁਝ ਸਾਡੇ ਮਸਤਕ 'ਤੇ ਸਾਡੇ ਭਾਗਾਂ 'ਚ ਲਿਖਿਆ ਉਹ ਸਾਡੇ ਲਾਭ ਲਈ ਲਿਖਿਆ, ਭਾਵੇਂ ਦੁਨਿਆਵੀ ਅੱਖ ਨਾਲ ਸਾਨੂੰ ਉਹ ਠੀਕ ਨਾ ਵੀ ਲੱਗਦਾ ਹੋਵੇ ਨਾ, ਪਰ ਹੈ ਸਾਡੇ ਫਾਇਦੇ 'ਚ। ਤੋ ਇਸ ਕਰਕੇ ਸਤਿਗੁਰੂ ਕਿਰਪਾ ਕਰਨ ਕਿ ਸਾਡੀ ਸੋਚ ਐਡੀ ਉੱਚੀ ਹੋ ਜਾਏ ਕਿ ਸਾਡਾ ਟਰੱਸਟ ਕੋਨਫੀਡੈਂਸ ਵਾਹਿਗੁਰੂ ਜੀ ਵਿੱਚ ਇੱਦਾਂ ਹੋ ਜਾਏ ਕਿ ਉਹ ਗੁਰਬਾਣੀ 'ਚ ਜ਼ਿਕਰ ਵੀ ਆਉਂਦਾ ਕਿ ਜਿਸ ਵੇਲੇ ਢਾਡੀ ਨੂੰ ਬੁਲਾਇਆ ਤੇ ਉਹਨੇ ਢਾਡੀ ਨੇ ਗੁਰੂ ਦੇ ਦਰਸ਼ਨ ਕੀਤੇ ਤੇ ਢਾਡੀ ਕੋ ਮੰਗਣ ਚਿੱਤ ਨਾ ਆਵੇ, ਉਹ ਕਹਿੰਦਾ ਮੇਰੀ ਹੁਣ ਤ੍ਰਿਪਤੀ ਹੋ ਗਈ, ਹੁਣ ਮੰਗਣ ਦੀ ਕੋਈ ਲੋੜ ਹੀ ਨਹੀਂ। ਤੋ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਸਾਡੀ ਲਿਵ ਜੁੜ ਜਾਏ, ਸਤਿਗੁਰੂ ਕਿਰਪਾ ਕਰਨ ਵਾਹਿਗੁਰੂ ਨਾਲ ਲਿਵ ਜੁੜ ਜਾਏਗੀ ਤਾਂ ਫਿਰ ਕਰ ਸੇਵਾ ਗੁਰਪਾਰ ਬ੍ਰਹਮ ਭੁੱਖ ਰਹਿ ਨਾ ਕਾਏ, ਇਸ ਦੁਨਿਆਵੀ ਭੁੱਖਾਂ ਜਿਹੜੀਆਂ ਨੇ ਆਪੇ ਖਤਮ ਹੋ ਜਾਂਦੀਆਂ ਨੇ। ਕਿਉਂ? ਕਿਉਂਕਿ ਸਾਨੂੰ ਸਤਿਗੁਰੂ ਸਾਡਾ ਪਿਤਾ ਹੈ ਤੇ ਉਹ ਸਾਡੀ ਹਰ ਜਿਹੜੀ ਸਾਡੀ ਲੋੜ ਹੈ ਜਾਂ ਸਾਡੀ ਮੁਸ਼ਕਲ ਹੈ ਮੁਸੀਬਤ ਹੈ ਉਹ ਜਾਣਦਾ ਵਾਹਿਗੁਰੂ, ਔਰ ਉਹਦਾ ਹੱਲ ਵੀ ਵਾਹਿਗੁਰੂ ਕੋਲ ਹੀ ਹੈ। ਇੰਨਾ ਕੋਨਫੀਡੈਂਸ ਲੈਵਲ ਸਾਨੂੰ ਜੇ ਵੱਧ ਜਾਏ ਤਾਂ ਮੈਂ ਸਮਝਾਂ ਵੀ ਅਸੀਂ ਬੜੇ ਭਾਗਾਂ ਵਾਲੇ ਹੋਵਾਂਗੇ। ਆਓ ਸਤਿਗੁਰੂ ਕੋਲ ਆਪਾਂ ਇਹੀ ਅਰਦਾਸ ਕਰਿਆ ਕਰੀ ਕਿ ਸਤਿਗੁਰੂ ਜੀ ਕਿਰਪਾ ਕਰੋ ਕਿ ਸਾਡਾ ਇੰਨਾ ਕੋਨਫੀਡੈਂਸ ਲੈਵਲ ਵਧਾ ਦਿਓ ਕਿ ਸਾਨੂੰ ਪਤਾ ਤੁਸੀਂ ਜੋ ਚਾਹੀਦੇ ਆਪਣੇ ਆਪ ਦੇ ਦੇਣ। ਛੋਟੇ ਬੱਚੇ ਬਣ ਜਾਈਏ, 6 ਮਹੀਨੇ ਦਾ ਬੱਚਾ ਹੁੰਦਾ, 3 ਮਹੀਨੇ ਦਾ ਬੱਚਾ ਹੁੰਦਾ, ਉਹ ਕਦੀ ਕੁਛ ਨਹੀਂ ਮੰਗਦਾ, ਪਰ ਉਹਦੀ ਬੈਸਟ ਸਰਵਿਸ ਜਿਹੜੀ ਸਭ ਤੋਂ ਵਧੀਆ ਸੇਵਾ ਜਿਹੜੀ ਇੱਕ ਬੱਚੇ ਦੀ ਹੁੰਦੀ ਹੈ, ਕਿਉਂਕਿ ਮੰਗਦਾ ਕੁਛ ਨਹੀਂ ਔਰ ਬਾਣੀ 'ਚ ਆਖਿਆ ਕਿ ਭੋਲੇ ਪਾਏ ਮਿਲੇ ਦਾ ਕਿਰਾਏ। ਤੋ ਆਓ ਸਤਿਗੁਰੂ ਕਿਰਪਾ ਕਰਨ, ਅਸੀਂ ਜੋ ਕੁਛ ਆਪਾਂ ਇਹ ਵੀਰਾਂ ਕੋਲੋਂ ਭੈਣਾਂ ਕੋਲੋਂ ਸੁਣਦੇ ਹਾਂ, ਗੁਰਬਾਣੀ ਸੁਣਦੇ ਹਾਂ, ਇਹਦਾ ਸਾਡੇ ਮਨ 'ਤੇ ਇੰਨਾ ਅਸਰ ਹੋ ਜਾਏ ਕਿ ਸਾਡਾ ਜਿਹੜਾ ਥਿੰਕਿੰਗ ਲੈਵਲ ਹੈ ਉਹ ਉੱਚਾ ਹੋ ਜਾਏ ਸਤਿਗੁਰੂ ਕਿਰਪਾ ਕਰਨ। ਔਰ ਮੈਨੂੰ ਆਸ ਹੈ ਵੀ ਜੇ ਆਪਾਂ ਇੱਦਾਂ ਹੀ ਲੱਗੇ ਰਹੇ ਤਾਂ ਸਤਿਗੁਰੂ ਕਿਰਪਾ ਕਰਨਗੇ, ਕਿਉਂ ਨਾ ਕਰਨਗੇ, ਕਿਉਂਕਿ ਸਾਡਾ ਪਿਤਾ ਹੈ, ਸਾਡੀ ਗੱਲ ਜ਼ਰੂਰ ਮੰਨਣ। ਤੇ ਇੱਕ ਵਾਰ ਫਿਰ ਵੀਰ ਜੀ ਆਪ ਜੀ ਦਾ ਧੰਨਵਾਦ।